नमस्कार सत श्री अकाल दोस्तों, तुहाड़ा स्वागत है टैक विद फन चैनल की इस वीडियो दे विच। आज दे इस वीडियो दे विच गल करांगे PSSSB टाइपिंग दा जो टेस्ट होना है उस दे बारे। जिवें कि तुसी जानदे हो कि PSSSB वल्लों 2021 दे विच एडवर्टाइजमेंट नंबर 7, 8 ते 9 राहीं क्लर्क दीआं असामियां ਦੇ ਲਈ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ, ਜਿਸ ਦਾ ਲਿਖਤੀ ਟੈਸਟ ਲੈ ਲਿਆ ਗਿਆ ਸੀ। ਹੁਣ ਜਿਹੜੇ ਕੈਂਡੀਡੇਟ ਲਿਖਤੀ ਟੈਸਟ ਪਾਸ ਕਰ ਚੁੱਕੇ ਨੇ ਉਹਨਾਂ ਦਾ ਹੁਣ ਟਾਈਪਿੰਗ ਟੈਸਟ ਹੋਣਾ, ਜਿਸ ਦੇ ਵਿੱਚ ਅੰਗਰੇਜ਼ੀ ਅਤੇ ਪੰਜਾਬੀ ਦੋਵੇਂ ਤਰ੍ਹਾਂ ਦੇ ਟਾਈਪਿੰਗ ਟੈਸਟ ਹੋਣਗੇ। ਕਾਫੀ ਕੈਂਡੀਡੇਟ ਵੱਲੋਂ ਟਾਈਪਿੰਗ ਸੰਬੰਧੀ ਕੁਝ ਕੁਐਸਚਨ ਪੁੱਛੇ ਗਏ ਸੀ, ਉਹਨਾਂ ਵਿੱਚੋਂ ਕੁਝ ਕੁਐਸਚਨ ਨੂੰ ਸ਼ਾਰਟ ਲਿਸਟ ਕਰਕੇ ਮੈਂ ਲਿਖਿਆ ਅਤੇ ਉਹਨਾਂ ਦੇ ਜਵਾਬ ਇਸ ਵੀਡੀਓ ਦੇ ਵਿੱਚ ਦਿੱਤੇ ਜਾਣਗੇ। ਸਭ ਤੋਂ ਜ਼ਿਆਦਾ ਜਿਹੜਾ ਕੁਐਸਚਨ ਪੁੱਛਿਆ ਗਿਆ ਸੀ ਉਹ ਸੀ ਕਿ ਕਿਹੜੇ ਕਿਹੜੇ ਸਿੰਬਲ ਜ਼ਰੂਰੀ ਨੇ, ਕਿ ਹਰੇਕ ਤਰ੍ਹਾਂ ਦਾ ਸਿੰਬਲ ਜ਼ਰੂਰੀ ਹੈ ਜਾਂ ਕੁਛ ਸਿੰਬਲ ਹੀ ਜ਼ਰੂਰੀ ਨੇ। ਤਾਂ ਇਸ ਦੇ ਲਈ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਸਾਰੇ ਸਿੰਬਲ ਤੁਹਾਨੂੰ ਕਰਨ ਦੀ ਲੋੜ ਨਹੀਂ ਹੈ। ਕੁਛ ਜਿਹੜੇ ਸਿੰਬਲ ਜਿਹੜੇ ਪੰਜਾਬੀ ਦੇ ਵਿੱਚ ਯੂਜ਼ ਹੁੰਦੇ ਨੇ ਉਹੀ ਤੁਹਾਨੂੰ ਜ਼ਿਆਦਾਤਰ ਕਰਨ ਦੀ ਲੋੜ ਹੈ ਪ੍ਰੈਕਟਿਸ। ਬਾਕੀਆਂ ਦੀ ਵੀ ਥੋੜ੍ਹੀ ਪ੍ਰੈਕਟਿਸ ਕਰਕੇ ਜ਼ਰੂਰ ਰੱਖੋ, ਪਰ ਜੋ ਮੇਨ ਸਿੰਬਲਸ ਨੇ ਉਹ ਕੁਛ ਕੀ ਨੇ, ਜਿਨ੍ਹਾਂ ਦਾ ਮੈਂ ਲਿੰਕ ਡਿਸਕ੍ਰਿਪਸ਼ਨ ਪਾਰਟ ਦੇ ਵਿੱਚ ਦੇ ਦੇਵਾਂਗਾ। ਇਹ ਨੇ ਕੁਛ ਸਿੰਬਲ ਜਿਹੜੇ ਪੰਜਾਬੀ ਦੇ ਵਿੱਚ ਜ਼ਿਆਦਾ ਯੂਜ਼ ਹੁੰਦੇ ਨੇ। ਸਭ ਤੋਂ ਜ਼ਿਆਦਾ ਇਹ ਵਾਲਾ ਸਿੰਬਲ ਯੂਜ਼ ਹੁੰਦਾ। ਲਿਖਣ ਦਾ ਸਹੀ ਤਰੀਕਾ ਕੀ ਹੈਗਾ ਕਿ ਤੁਸੀਂ ਆਲਟ ਜਿਹੜਾ ਲੈਫਟ ਸਾਈਡ 'ਤੇ, ਦੋ ਤਰ੍ਹਾਂ ਦੇ ਆਲਟ ਹੁੰਦੇ, ਇੱਕ ਲੈਫਟ ਸਾਈਡ 'ਤੇ ਹੁੰਦਾ ਹੈ ਅਤੇ ਇੱਕ ਰਾਈਟ ਸਾਈਡ 'ਤੇ ਹੁੰਦਾ ਹੈ। ਜਿਹੜਾ ਲੈਫਟ ਹੈ ਉਹ ਵਾਲਾ ਆਲਟ ਨੱਪ ਕੇ ਨੰਬਰ ਪੈਡ ਤੋਂ 96 ਕੋਡ ਦੱਬਣਾ ਹੈ। ਜਿਹੜਾ ਤੁਸੀਂ ਨੰਬਰ ਦੱਬਣੇ ਆ ਉਹ ਸਿਰਫ ਨੰਬ ਪੈਡ ਤੋਂ ਦੱਬੋਗੇ, ਉੱਪਰ ਵਾਲੇ ਨੰਬਰਾਂ ਦੇ ਨਾਲ ਹੀ ਕੋਡ ਨਹੀਂ ਪੈਣਗੇ, ਠੀਕ ਹੈ ਜੀ। ਇਸੇ ਤਰ੍ਹਾਂ ਇਹ ਸਾਰੇ ਸਿੰਬਲਸ ਨੇ ਜਿਹੜੇ ਮੇਨ ਨੇ, ਇਹਨਾਂ ਦਾ ਜੋ ਮੈਂ ਤੁਹਾਨੂੰ ਲਿੰਕ ਹੈ ਡਿਸਕ੍ਰਿਪਸ਼ਨ ਪਾਰਟ ਦੇ ਵਿੱਚ ਦੇ ਦੇਵਾਂਗਾ, ਤੁਸੀਂ ਉੱਥੋਂ ਯੂਜ਼ ਕਰ ਸਕਦੇ ਹੋ। ਇੱਕ ਚੀਜ਼ ਮੈਂ ਹੋਰ ਦੱਸ ਦੇਣਾ ਚਾਹੁੰਦਾ ਹਾਂ, ਜਿਹੜੇ ਸਿੰਬਲ ਸਾਰੇ ਡਾਇਰੈਕਟ ਪੈ ਜਾਂਦੇ ਨੇ ਉਹਨਾਂ ਨੂੰ ਤੁਹਾਨੂੰ ਸਿੰਬਲ ਕੋਡ ਨਾਲ ਪਾਉਣ ਦੀ ਲੋੜ ਨਹੀਂ ਹੈਗੀ। ਜਿਵੇਂ ਕਿ ਤੁਸੀਂ ਬ੍ਰੇਸਿਸ ਪਾਉਣੀਆਂ, ਇਹ ਸਿੱਧੀਆਂ ਪੈ ਜਾਣੀਆਂ ਸ਼ਿਫਟ ਦਬਾ ਕੇ, ਮਾਈਨਸ ਦਾ ਨਿਸ਼ਾਨ ਵੀ ਤੁਹਾਡਾ ਸਿੱਧਾ ਪੈ ਜਾਏਗਾ ਜੀ, ਠੀਕ ਹੈ। ਇਸ ਤੋਂ ਇਲਾਵਾ ਜਿਹੜੇ ਨੰਬ ਪੈਡਸ ਵਾਲੀ ਸਾਈਡ 'ਤੇ ਹੈਗੇ ਨੇ ਸਿੰਬਲ, ਜਿਵੇਂ ਡਿਵਾਈਡ ਦਾ ਹੈ, ਮਲਟੀਪਲੀਕੇਸ਼ਨ ਹੈ, ਪਲੱਸ ਹੈ, ਡੋਟ ਹੈ, ਇਹ ਸਾਰੇ ਸਿੰਬਲ ਤੁਹਾਡੇ ਨੰਬ ਪੈਡ ਤੋਂ ਤੁਸੀਂ ਪਾ ਸਕਦੇ ਹੋ, ਇਹਨਾਂ ਦੀ ਤੁਹਾਨੂੰ ਸਿੰਬਲ ਕੋਡ ਯਾਦ ਰੱਖਣ ਦੀ ਲੋੜ ਨਹੀਂ ਹੈ। ਯਾਨੀ ਕਿ ਜਿਹੜੇ ਸਿੰਬਲ ਤੁਹਾਡੇ ਡਾਇਰੈਕਟ ਪੈਂਦੇ ਨੇ ਉਹ ਤੁਸੀਂ ਡਾਇਰੈਕਟ ਪਾ ਸਕਦੇ ਹੋ, ਕੁਛ ਵੀ ਇਹ ਗਲਤ ਨਹੀਂ ਮੰਨੇ ਜਾਣਗੇ। ਇਹ ਤਾਂ ਹੋ ਗਿਆ ਤੁਹਾਡਾ ਪਹਿਲਾ ਅਤੇ ਦੂਸਰਾ ਕੁਐਸਚਨ। ਪਹਿਲਾ ਕੁਐਸਚਨ ਸੀ ਕਿ ਕਿਹੜੇ ਕਿਹੜੇ ਸਿੰਬਲ ਜ਼ਰੂਰੀ ਨੇ, ਦੂਸਰਾ ਕੁਐਸਚਨ ਸੀ ਸਿੰਬਲ ਪਾਉਣ ਦਾ ਸਹੀ ਤਰੀਕਾ ਕੀ, ਯਾਨੀ ਕਿ ਸਿੰਬਲ ਪਾਉਣ ਦੇ ਲਈ ਤੁਸੀਂ ਜਿਹੜਾ ਲੈਫਟ ਹੈ ਆਲਟ ਪਲੱਸ ਜੋ ਇਹ ਕੋਡ ਦਿੱਤੇ ਹੋਏ ਨੇ ਇਹ ਵਾਲੇ ਯਾਦ ਰੱਖਣੇ ਨੇ, ਅਤੇ ਜਿਹੜੇ ਤੁਸੀਂ ਸਿੰਬਲ ਸਿੱਧੇ ਪਾ ਸਕਦੇ ਹੋ ਤੁਸੀਂ ਉਹਨਾਂ ਨੂੰ ਨੰਬ ਪੈਡ ਦੇ ਉੱਤੋਂ ਡਾਇਰੈਕਟ ਵੀ ਪਾ ਸਕਦੇ ਹੋ, ਉੱਪਰੋਂ ਜਿਹੜੇ ਪੈ ਜਾਂਦੇ ਨੇ ਕੁਛ ਜਿੱਦਾਂ ਬ੍ਰੇਸਿਸ ਵਗੈਰਾ ਉਹ ਤੁਸੀਂ ਡਾਇਰੈਕਟ ਪਾ ਸਕਦੇ ਹੋ। ਜਿਹੜਾ ਤੀਸਰਾ ਕੁਐਸਚਨ ਹੈਗਾ ਉਹ ਹੈ ਗੁਰਮੁਖੀ ਜਿਹੜੇ ਗਿਣਤੀ ਹੈ, ਜਿੱਦਾਂ ਕਿ ਤੁਸੀਂ ਗੁਰਬਾਣੀ 'ਚ ਦੇਖਿਆ ਹੋਏਗਾ ਉਹ ਵਾਲੇ ਅੱਖਰ ਹੈ ਉਹ ਕਿੱਦਾਂ ਪਾਏ ਜਾਣੇ ਆ, ਜਿਵੇਂ ਤੁਸੀਂ ਇੱਦਾਂ ਦੇ ਕੁਛ ਦੇਖੇ ਹੋਣਗੇ ਕੁਛ, ਇਹ ਕਿਸ ਤਰ੍ਹਾਂ ਪਾਉਣੇ। ਇਹਦੇ ਤੁਹਾਡੇ ਜਿਹੜਾ ਟਾਈਪਿੰਗ ਟੈਸਟ ਹੋਏਗਾ ਉਹਦੇ ਵਿੱਚ ਇੱਕ ਜਾਂ ਦੋ ਮੈਕਸੀਮਮ ਇੱਦਾਂ ਦੇ ਗਿਣਤੀ ਦੇ ਅੱਖਰ ਆਉਣਗੇ ਜਿਹੜੇ ਗੁਰਮੁਖੀ ਦੇ ਹੋਣਗੇ ਜਿਹੜੇ ਤੁਹਾਨੂੰ ਪਾਉਣੇ ਪੈਣਗੇ। ਤਾਂ ਇਹਨਾਂ ਨੂੰ ਪਾਉਣ ਦਾ ਮੈਂ ਸਹੀ ਤਰੀਕਾ ਤੁਹਾਨੂੰ ਦੱਸ ਦਿੰਦਾ, ਇਹਦੇ ਲਈ ਦੋ ਤਰੀਕੇ ਨੇ। ਜਾਂ ਤਾਂ ਤੁਸੀਂ ਲੈਫਟ ਸਾਈਡ ਦਾ ਕੰਟਰੋਲ ਆਲਟ ਪਲੱਸ ਅੱਖਰ ਉਹਦੇ ਨਾਲ ਪਾ ਸਕਦੇ ਹੋ, ਜਿੱਦਾਂ ਹੁਣ ਮੈਂ ਦੋ ਪਾਇਆ, ਚਾਰ ਪਾਇਆ, ਠੀਕ ਹੈ। ਜਾਂ ਦੂਸਰਾ ਤਰੀਕਾ ਕੀ ਹੈਗਾ, ਰਾਈਟ ਸਾਈਡ ਦਾ ਜਿਹੜਾ ਆਲਟ ਹੈ, ਆਲਟ GR ਲਿਖਿਆ ਹੁੰਦਾ, ਉਹਨੂੰ ਦੱਬ ਕੇ ਵਾਲਾ ਜਿਹੜਾ ਬਟਨ ਹੈ ਉਹ ਪ੍ਰੈਸ ਕਰ ਦੇਣਾ। ਇੱਕ ਚੀਜ਼ ਯਾਦ ਰੱਖਣੀ ਹੈ ਕਿ ਜਿਹੜੀ ਇਹ ਨੰਬਰਿੰਗ ਹੈ ਤੁਹਾਡੀ ਨੰਬ ਪੈਡ ਤੋਂ ਨਹੀਂ ਪਏਗੀ, ਇਹ ਸਿਰਫ ਉੱਪਰ ਵਾਲੀ ਜਿਹੜੀ ਫਸਟ ਰੋ ਹੈ ਉਹਦੇ ਤੋਂ ਹੀ ਪੈਣਗੇ। ਅਗਲਾ ਕੁਐਸਚਨ ਜਿਹੜਾ ਪੁੱਛਿਆ ਗਿਆ ਸੀ ਉਹ ਸੀ ਟਾਈਪਿੰਗ ਕਰਦੇ ਸਮੇਂ ਕਿਹੜਾ ਪੈਰਾ ਦੇਖਣਾ ਹੈ। ਟਾਈਪਿੰਗ ਦੇ ਲਈ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਮੇਰੀ ਇਹ ਵੈਬਸਾਈਟ ਹੈਗੀ ਹੈ missionsarkarinaukri.com, ਤੁਸੀਂ ਇਹ ਤੇ ਟਾਈਪਿੰਗ ਪ੍ਰੈਕਟਿਸ ਕਰ ਸਕਦੇ ਹੋ। ਪਿਛਲੀ ਵਾਰੀ ਜਿਹੜਾ ਟਾਈਪਿੰਗ ਟੈਸਟ ਹੋਇਆ ਸੀ ਬਿਲਕੁਲ ਡਿੱਟੋ ਇੱਦਾਂ ਦਾ ਸੀ ਪੈਟਰਨ, ਇਹ ਵਾਲੀਆਂ ਇੰਸਟਰਕਸ਼ਨ ਸੀ ਉਹਦੇ ਵਿੱਚ, ਚੰਕ ਦੇ ਵਿੱਚ ਘੱਟੋ ਘੱਟ 80% ਜਿਹੜਾ ਹੈ ਤੁਸੀਂ ਟਾਈਪ ਕਰੋਗੇ ਤਾਂ ਅਗਲੇ ਚੰਕ ਦੇ ਉੱਤੇ ਮੂਵ ਕਰ ਸਕਦੇ ਸੀ। ਚੰਕ 'ਤੇ ਜਾਣ ਲਈ ਤਿੰਨ ਤਰੀਕੇ ਸੀ, ਇੱਕ ਸੀ ਜਿਹੜਾ ਐਰੋ ਦਾ ਨਿਸ਼ਾਨ ਹੈ, ਜਿਵੇਂ ਕੀਬੋਰਡ ਦੇ ਉੱਤੇ ਚਾਰ ਐਰੋ ਹੁੰਦੇ, ਜਿਹੜਾ ਨੀਚੇ ਵਾਲਾ ਨਿਸ਼ਾਨ ਹੈ ਉਹਨੂੰ ਨੱਪ ਕੇ ਤੁਸੀਂ ਨੀਚੇ ਜਾ ਸਕਦੇ ਸੀ। ਦੂਸਰਾ ਤਰੀਕਾ ਸੀ ਐਂਟਰ ਬਟਨ, ਤੀਸਰਾ ਸੀ ਪੇਜ ਡਾਊਨ ਦਾ ਇੱਕ ਬਟਨ ਹੁੰਦਾ ਜਿਹੜਾ ਨੰਬ ਪੈਡ ਦੇ ਉੱਤੇ ਹੁੰਦਾ, ਉਹਨੂੰ ਦੱਬ ਕੇ ਵੀ ਤੁਸੀਂ ਜਾ ਸਕਦੇ ਸੀ। ਪਿਛਲੇ ਚੰਕ ਦੇ ਉੱਤੇ ਜਾਣ ਦੇ ਲਈ ਤੁਸੀਂ ਕੀ ਕਰ ਸਕਦੇ ਸੀ, ਪੇਜ ਅਪ ਦਾ ਬਟਨ ਸੀ। ਜਿਹੜਾ ਟੈਸਟ ਹੈ ਉਹਨੂੰ ਪਾਸ ਕਰਨ ਦੇ ਲਈ ਤੁਹਾਨੂੰ 1500 ਸਟੋਕ ਘੱਟੋ ਘੱਟ ਲਿਖਣੇ ਪੈਂਦੇ ਸੀ, ਜਿਸ ਦੇ ਵਿੱਚ 92% ਐਕੂਰੇਸੀ ਹੋਣੀ ਜ਼ਰੂਰੀ ਸੀ, ਅਤੇ ਸਾਰੇ ਚੰਕ ਪੂਰਾ ਕਰਨ ਤੋਂ ਬਾਅਦ ਜੇ ਤੁਹਾਨੂੰ ਕੋਈ ਗਲਤੀ ਲੱਗਦੀ ਹੈ ਤਾਂ ਤੁਸੀਂ ਪਿਛਲੇ ਚੰਕ ਦੇ ਉੱਤੇ ਜਾ ਕੇ ਉਸਨੂੰ ਕਰੈਕਟ ਕਰ ਸਕਦੇ ਸੀ। ਹੁਣ ਮੈਂ ਤੁਹਾਨੂੰ ਚੰਕ ਦਿਖਾਉਣਾ ਵਾ, ਇਸ ਤਰੀਕੇ ਦੇ ਚੰਕ ਆਏ ਸੀ ਪਿਛਲੀ ਵਾਰੀ, ਬਿਲਕੁਲ ਸੇਮ ਸੀ। ਇਸ ਤਰ੍ਹਾਂ ਉੱਪਰ ਟਾਈਮਰ ਸੀ,
ਠੀਕ ਹੈ। ਉੱਪਰ ਜਿਹੜਾ ਪੈਰਾਗ੍ਰਾਫ ਤਾਂ ਤੁਸੀਂ ਦੇਖ ਕੇ ਲਿਖਣਾ ਸੀ, ਉਹ ਤਾਂ ਫਸਟ ਚੰਕ ਸੀ, ਟੋਟਲ 10 ਚੰਕ ਹੁੰਦੇ ਸੀ। ਥੱਲੇ ਵਾਲੇ ਪੈਰਾਗ੍ਰਾਫ 'ਚ ਤੁਸੀਂ ਲਿਖਣਾ ਹੁੰਦਾ ਸੀ। ਇਸੇ ਤਰ੍ਹਾਂ ਹੀ ਨੀਚੇ ਇੱਦਾਂ ਰੈੱਡ ਕਲਰ ਹੁੰਦਾ ਹੈ ਕਿ ਤੁਸੀਂ ਉੱਪਰ ਮੂਵ ਕਰ ਸਕਦੇ ਹੋ ਜਾਂ ਨਹੀਂ, ਜਿੰਨੀ ਦੇਰ ਤੱਕ ਇਹ ਰੈੱਡ ਰਹੇਗਾ ਉਨੀ ਦੇਰ ਤੱਕ ਤੁਸੀਂ ਮੂਵ ਨਹੀਂ ਕਰ ਸਕਦੇ। ਇੱਦਾਂ ਹੀ ਨੀਚੇ ਵਾਲੇ ਪਾਸੇ ਵੀ ਹੈਗਾ ਕਿ ਤੁਸੀਂ ਥੱਲੇ ਮੂਵ ਕਰ ਸਕਦੇ ਹੋ, ਯਾਨੀ ਕਿ ਜਦੋਂ 80% ਹੋ ਜਾਏਗਾ ਇਹ ਵਾਲਾ ਤੁਹਾਡਾ ਗ੍ਰੀਨ ਹੋ ਜਾਏਗਾ, ਜਦੋਂ ਉੱਪਰ ਤੁਹਾਡਾ ਪੈਰਾਗ੍ਰਾਫ ਆ ਗਿਆ ਉਦੋਂ ਇਹ ਗ੍ਰੀਨ ਹੋ ਜਾਏਗਾ। ਹੁਣ ਵਾਪਸ ਚੱਲਦੇ ਹਾਂ ਆਪਣੇ ਕੁਐਸਚਨ 'ਤੇ। ਟਾਈਪਿੰਗ ਕਰਦੇ ਸਮੇਂ ਤੁਸੀਂ ਕਿਹੜਾ ਪੈਰਾਗ੍ਰਾਫ ਦੇਖਣਾ? ਟਾਈਪਿੰਗ ਜਦੋਂ ਤੁਸੀਂ ਕਰਨੀ ਹੈ ਉਸ ਟਾਈਮ 'ਤੇ ਸਿਰਫ ਆਹ ਜਿਹੜਾ ਉੱਪਰ ਵਾਲਾ ਪੈਰਾਗ੍ਰਾਫ ਹੈ ਇਹਦੇ ਵੱਲ ਧਿਆਨ ਦੇਣਾ, ਜਿਹੜਾ ਜਿੱਥੇ ਤੁਸੀਂ ਟਾਈਪ ਕਰਦੇ ਪਏ ਹੋ ਉਸ ਵੱਲ ਬਿਲਕੁਲ ਵੀ ਧਿਆਨ ਨਹੀਂ ਦੇਣਾ। ਇਹ ਤਾਂ ਹੀ ਪੋਸੀਬਲ ਹੈ ਜਦੋਂ ਤੁਸੀਂ ਬਹੁਤ ਜ਼ਿਆਦਾ ਪ੍ਰੈਕਟਿਸ ਕਰ ਲਓਗੇ, ਯਾਨੀ ਕਿ ਤੁਹਾਡੀਆਂ ਉਂਗਲਾਂ ਪੂਰੀ ਤਰ੍ਹਾਂ ਟਿਕ ਜਾਣਗੀਆਂ। ਜਿੰਨੀ ਵਾਰੀ ਤੁਸੀਂ ਉੱਪਰ ਥੱਲੇ ਦੋਨਾਂ ਪੈਰਾਗ੍ਰਾਫ ਵੱਲ ਦੇਖਣ ਦੀ ਕੋਸ਼ਿਸ਼ ਕਰੋਗੇ ਤੁਹਾਡੀ ਜਿਹੜੀ ਸਪੀਡ ਹੈ ਉਹ ਘਟੇਗੀ। ਤੁਸੀਂ ਇਹ ਚੀਜ਼ ਨੋਟ ਕਰ ਲੈਣਾ ਕਿ ਜਦੋਂ ਤੁਸੀਂ ਸਿਰਫ ਉੱਪਰਲੇ ਪੈਰਾਗ੍ਰਾਫ ਵੱਲ ਵੇਖ ਕੇ ਟਾਈਪ ਕਰੋਗੇ ਤਾਂ ਤੁਹਾਡੀ ਸਪੀਡ ਜਿਹੜੀ ਹੈ ਉਹ ਜ਼ਿਆਦਾ ਆਏਗੀ। ਬਟ ਇਸ ਚੀਜ਼ ਲਈ ਤੁਹਾਨੂੰ ਪ੍ਰੈਕਟਿਸ ਬਹੁਤ ਕਰਨੀ ਪਏਗੀ। ਜਿੱਦਾਂ ਹੀ ਤੁਸੀਂ ਪ੍ਰੈਕਟਿਸ ਕਰੋਗੇ ਤੁਹਾਡੀ ਐਕੋਰੇਸੀ ਵਧੇਗੀ ਅਤੇ ਉਹਦੇ ਨਾਲ ਹੀ ਫਿਰ ਸਪੀਡ ਤੁਹਾਡੀ ਵਧੇਗੀ। ਚੱਲਦੇ ਹੋ ਨੈਕਸਟ ਕੁਐਸਚਨ ਦੇ ਵਿੱਚ। ਟਾਈਪਿੰਗ ਟੈਸਟ ਕਿਵੇਂ ਦੋਏਗਾ? ਇਸ ਬਾਰੇ ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ। ਟਾਈਪਿੰਗ ਟੈਸਟ ਜਿਹੜਾ ਪਿਛਲੀ ਵਾਰੀ ਹੋਇਆ ਸੀ ਉਹ ਬਿਲਕੁਲ ਇਹੀ ਪੈਟਰਨ ਦੇ ਨਾਲ ਹੋਇਆ ਸੀ ਕਿ ਚੰਕ ਹੁੰਦੇ ਸੀ, 10 ਚੰਕ ਹੈ, 10 ਦੇ 10 ਚੰਕ ਤੁਸੀਂ ਕੰਪਲੀਟ ਕਰਨੇ ਹੁੰਦੇ ਸੀ। ਉਸ ਤੋਂ ਪਹਿਲਾਂ ਜਿਹੜਾ ਉਸ ਤੋਂ ਪਿਛਲੀ ਵਾਰੀ ਜਿਹੜਾ ਹੋਇਆ ਸੀ ਟਾਈਪਿੰਗ ਟੈਸਟ, ਉਹਦਾ ਵੀ ਮੈਂ ਤੁਹਾਨੂੰ ਪੈਟਰਨ ਦਿਖਾ ਦਿੰਦਾ। ਉਸ ਟਾਈਮ 'ਤੇ ਕੁਛ ਇੱਦਾਂ ਦਾ ਪੈਰਾਗ੍ਰਾਫ ਸੀ, ਪੂਰਾ ਦਾ ਪੂਰਾ ਪੈਰਾਗ੍ਰਾਫ ਸੀ, ਨੀਚੇ ਤੁਸੀਂ ਉਹਦੇ ਤੋਂ ਵੇਖ ਵੇਖ ਕੇ ਲਿਖਣਾ ਸੀ ਜਿਹੜਾ ਉਸ ਤੋਂ ਪਿਛਲੀ ਵਾਰੀ ਹੋਇਆ ਸੀ, ਠੀਕ ਹੈ। ਬਟ ਹੁਣ ਜਿਹੜਾ ਟ੍ਰੈਂਡ ਚੱਲ ਰਿਹਾ ਹੈ ਉਹ ਸਿਰਫ ਨਵੇਂ ਜਿਹੜਾ ਚੰਕ ਟਾਈਪ ਹੈ ਇਹਨਾਂ ਦਾ ਹੀ ਚੱਲ ਰਿਹਾ, ਯਾਨੀ ਕਿ ਤੁਸੀਂ ਜਿਹੜੀ ਪ੍ਰੈਕਟਿਸ ਕਰਨੀ ਹੈ ਚੰਕ ਟਾਈਪ 'ਤੇ ਹੀ ਕਰੋ, ਬਹੁਤ ਵਧੀਆ ਰਹੇਗੀ। ਥੋੜ੍ਹਾ ਬਹੁਤਾ ਤੁਸੀਂ ਉਹਨਾਂ 'ਤੇ ਵੀ ਚੱਲੋ ਪਰ ਜ਼ਿਆਦਾ ਪ੍ਰੈਕਟਿਸ ਚੰਕ ਦੀ ਕਰੋ, ਕਿਉਂਕਿ ਜਿੰਨੇ ਵੀ ਮੈਕਸੀਮਮ ਪਿਛਲੇ 1-2 ਸਾਲਾਂ ਦੇ ਵਿੱਚ ਪੇਪਰ ਹੋਏ ਨੇ ਉਹ ਸਾਰੇ ਦੇ ਸਾਰੇ ਚੰਕ ਟਾਈਪ ਦੇ ਵਿੱਚ ਹੀ ਹੋਏ ਨੇ, ਠੀਕ ਹੈ ਜੀ। ਹੁਣ ਨੈਕਸਟ ਗੱਲ ਕਰਦੇ ਹਾਂ ਅੱਗੇ, ਸਪੀਡ ਕਿਵੇਂ ਵਧੇਗੀ? ਸਪੀਡ ਵਧਾਉਣ ਦਾ ਕੋਈ ਖਾਸ ਮੰਤਰ ਨਹੀਂ ਹੈਗਾ, ਇਹਦੇ ਲਈ ਸਿਰਫ ਤੁਸੀਂ ਦੋ ਚੀਜ਼ਾਂ ਵੱਲ ਧਿਆਨ ਦੇਣਾ। ਸਭ ਤੋਂ ਪਹਿਲੇ ਨੰਬਰ 'ਤੇ ਤੁਸੀਂ ਆਪਣੀ ਐਕੋਰੇਸੀ ਵੱਲ ਧਿਆਨ ਦੇਣਾ, ਸਪੀਡ ਵੱਲ ਨਹੀਂ ਜਾਣਾ। ਇਹ ਚੀਜ਼ ਨੋਟ ਕਰ ਲਓ ਕਿ ਤੁਸੀਂ ਸਪੀਡ ਵੱਲ ਨਹੀਂ ਜਾਣਾ, ਪਹਿਲਾ ਕੰਮ ਹੈ ਤੁਹਾਡਾ ਐਕੋਰੇਸੀ। ਜਿੱਦਾਂ ਜਿੱਦਾਂ ਤੁਹਾਡੀ ਐਕੋਰੇਸੀ ਵਧੀ ਜਾਏਗੀ ਤੁਹਾਡੀ ਸਪੀਡ ਆਪਣੇ ਆਪ ਹੀ ਪ੍ਰੈਕਟਿਸ ਦੇ ਨਾਲ ਵਧਣੀ ਸਟਾਰਟ ਹੋ ਜਾਏਗੀ। ਦੂਸਰੀ ਚੀਜ਼ ਜਿਹੜੀ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਚੁੱਕਾ, ਤੁਸੀਂ ਜ਼ਿਆਦਾਤਰ ਧਿਆਨ ਦੇਣਾ ਕਿ ਸਿਰਫ ਉੱਪਰ ਵਾਲੇ ਪੈਰਾਗ੍ਰਾਫ ਵਾਲੀ ਦੇਖੋ, ਨੀਚੇ ਨਾ ਦੇਖੋ। ਗਲਤੀ ਹੁੰਦੀ ਹੈ, ਤੁਹਾਡੇ ਹੱਥਾਂ ਨੂੰ ਪਤਾ ਹੋਣਾ ਚਾਹੀਦਾ, ਤੁਹਾਡੀ ਉਂਗਲਾਂ ਨੂੰ ਪਤਾ ਹੋਣਾ ਚਾਹੀਦਾ, ਤੁਹਾਡੇ ਦਿਮਾਗ ਨੂੰ ਪਤਾ ਹੋਣਾ ਚਾਹੀਦਾ ਕਿ ਗਲਤੀ ਹੋ ਗਈ। ਤੁਹਾਨੂੰ ਵੇਖ ਕੇ ਨਹੀਂ ਪਤਾ ਲੱਗਣਾ ਚਾਹੀਦਾ ਕਿ ਇੱਥੇ ਗਲਤੀ ਹੋਈ ਹੈ, ਠੀਕ ਹੈ ਜੀ। ਇਹਦੇ ਨਾਲ ਤੁਹਾਡੀ ਸਪੀਡ ਆਪਣੇ ਆਪ ਹੀ ਵਧੇਗੀ ਜਿੱਦਾਂ ਜਿੱਦਾਂ ਤੁਸੀਂ ਪ੍ਰੈਕਟਿਸ ਕਰੋਗੇ। ਇੱਕ ਚੀਜ਼ ਹੋਰ ਨੋਟ ਕਰ ਲੈਣਾ ਕਿ ਜਦੋਂ ਤੁਸੀਂ ਪ੍ਰੈਕਟਿਸ ਕਰਦੇ ਹੋ ਤੁਹਾਡੀ ਇੱਕ ਵਾਰੀ ਸਪੀਡ ਵਧੇਗੀ, ਉਸ ਤੋਂ ਬਾਅਦ ਕੁਛ ਟਾਈਮ ਵਿੱਚੋਂ ਸਪੀਡ ਤੁਹਾਡੀ ਥੱਲੇ ਚਲੀ ਜਾਏਗੀ। ਤੁਸੀਂ ਇਸ ਚੀਜ਼ ਦੀ ਟੈਨਸ਼ਨ ਬਿਲਕੁਲ ਨਹੀਂ ਲੈਣੀ, ਫਿਰ ਤੁਹਾਡੀ ਸਪੀਡ ਆਪਣੇ ਆਪ ਹੀ ਵਧਣੀ ਸ਼ੁਰੂ ਹੋ ਜਾਏਗੀ, ਯਾਨੀ ਕਿ ਇੱਕ ਹਫ਼ਤੇ ਦੇ ਕਰੀਬ ਤੁਹਾਡੀ ਜਿਹੜੀ ਸਪੀਡ ਹੈ ਉਹ ਥੋੜ੍ਹੀ ਜਿਹੀ ਘਟੇਗੀ, ਕਿਉਂਕਿ ਉਸ ਟਾਈਮ 'ਤੇ ਕੀ ਹੋਏਗਾ ਤੁਹਾਡੀ ਐਕੋਰੇਸੀ ਵਧਣੀ ਸਟਾਰਟ ਹੋ ਜਾਏਗੀ। ਤੁਸੀਂ ਉਸ ਚੀਜ਼ ਨੂੰ ਆਪਣੇ ਦਿਮਾਗ 'ਚ ਲੈ ਕੇ ਨਹੀਂ ਚੱਲਣਾ ਕਿ ਮੇਰੀ ਸਪੀਡ ਘੱਟ ਗਈ, ਮੇਰੇ ਤੋਂ ਟੈਸਟ ਨਹੀਂ ਪਾਸ ਹੋਏਗਾ, ਤਾਂ ਸਪੀਡ ਤੁਹਾਡੀ ਫਿਰ ਵੱਧ ਜਾਏ। ਅਗਲਾ ਕੁਐਸਚਨ 'ਚ ਕਿ ਇੱਕ ਸ਼ਬਦ ਕਿਵੇਂ ਬਣਦਾ ਹੈ ਜਿਹੜਾ ਟਾਈਪਿੰਗ ਟੈਸਟ ਹੋਣਾ ਹੈ ਉਹਦੇ ਵਿੱਚ? ਜਿੱਦਾਂ ਤੁਸੀਂ ਪੜ੍ਹਿਆ ਹੀ ਹੋਣਾ ਹੈ ਕਿ 300 ਸ਼ਬਦਾਂ ਦਾ ਇੱਕ ਪੈਰਾਗ੍ਰਾਫ ਹੋਏਗਾ ਜਾਂ 1500 ਕੀ ਸਟੋਕਸ ਆਉਣਗੇ। ਜਿਹੜਾ ਪਿਛਲੀ ਵਾਰੀ ਇਹਨਾਂ ਨੇ ਕਿਹਾ ਸੀ ਕਿ ਜਿੱਦਾਂ ਆਪਾਂ ਕੋਈ 5 ਕੀਬੋਰਡ ਤੋਂ ਅੱਖਰ ਨੱਪਦੇ ਹਾਂ, 1, 2, 3, 4, 5, ਇਹ ਕੀ ਬਣ ਗਿਆ? ਇੱਕ ਅੱਖਰ ਬਣ ਗਿਆ, ਠੀਕ ਹੈ। ਜੇ ਮੈਂ ਇੱਥੇ ਸਪੇਸ ਪਾ ਦਿੰਦਾ ਤਾਂ ਆਹ ਹੁਣ ਮੇਰਾ ਅੱਖਰ 1, 2, 3, 4, 5 ਇੱਥੋਂ ਤੱਕ ਇੱਕ ਅੱਖਰ ਬਣ ਗਿਆ, ਯਾਨੀ ਕਿ 5 ਤੁਸੀਂ ਜਿਹੜੇ ਕੀ ਪ੍ਰੈਸ ਕਰ ਦਿੱਤੀਆਂ ਕੀਬੋਰਡ ਤੋਂ ਉਹਨਾਂ ਨੂੰ ਇੱਕ ਅੱਖਰ ਮੰਨਿਆ ਜਾਏਗਾ, ਸਪੇਸ ਵੀ ਇਹਦੇ ਵਿੱਚ ਇਨਕਲੂਡ ਹੋਏ। ਅਗਲੇ ਕੁਐਸਚਨ 'ਤੇ ਚੱਲਦੇ ਹਾਂ, ਟਾਈਪਿੰਗ ਟੈਸਟ ਵਿੱਚ ਕਿੰਨੀ ਸਪੀਡ ਚਾਹੀਦੀ ਹੈ? ਜਿਹੜਾ ਟਾਈਪਿੰਗ ਟੈਸਟ ਤੁਸੀਂ ਪਾਸ ਕਰਨਾ ਇਹਦੇ ਲਈ ਤੁਹਾਡੀ 30 ਵਰਡ ਪਰ ਮਿੰਟ ਸਪੀਡ ਚਾਹੀਦੀ ਹੈ, ਦੋਨਾਂ ਦੇ ਵਿੱਚ, ਇੰਗਲਿਸ਼ ਦੇ ਵਿੱਚ ਵੀ ਅਤੇ ਪੰਜਾਬੀ ਦੇ ਵਿੱਚ ਵੀ। ਜਿਹੜੀ ਗਰੋਸ ਸਪੀਡ ਹੈ ਉਹ ਤੁਹਾਨੂੰ 30 ਚਾਹੀਦੀ ਹੈ, ਨੈੱਟ ਸਪੀਡ ਨਹੀਂ। ਨੈੱਟ ਸਪੀਡ ਹੁੰਦੀ ਹੈ ਕਿ ਜਿਹੜੀਆਂ ਗਲਤੀਆਂ ਕੱਢ ਕੇ ਤੁਹਾਡੀ ਸਪੀਡ ਹੈ, ਗਰੋਸ ਸਪੀਡ ਹੁੰਦੀ ਹੈ ਟੋਟਲ ਸਪੀਡ। ਬਟ ਇੱਥੇ ਇੱਕ ਚੀਜ਼ ਧਿਆਨ ਵਿੱਚ ਰੱਖਣੀ ਹੈ ਕਿ ਜੇ ਤੁਸੀਂ ਟਾਈਪਿੰਗ ਟੈਸਟ ਕਲੀਅਰ ਕਰਨਾ ਹੈ ਉਹਦੇ ਲਈ 92% ਐਕੂਰੇਸੀ ਤੁਹਾਡੀ ਚਾਹੀਦੀ ਹੈ। ਜੇ ਐਕੂਰੇਸੀ 92% ਤੋਂ ਘਟੇਗੀ ਤਾਂ ਤੁਸੀਂ ਟਾਈਪਿੰਗ ਟੈਸਟ ਦੇ ਵਿੱਚੋਂ ਫੇਲ ਹੋਵੋਗੇ। ਅਗਲਾ ਕੁਐਸਚਨ ਸੀ, ਟਾਈਪਿੰਗ ਟੈਸਟ ਵਿੱਚ ਬੈਕ ਸਪੇਸ ਹੋਵੇਗੀ ਜਾਂ ਨਹੀਂ? ਇਹ ਕੁਐਸਚਨ ਬਹੁਤ ਜ਼ਿਆਦਾ ਲੋਕਾਂ ਨੇ ਪੁੱਛਿਆ ਕਿ ਜਿਹੜਾ ਟਾਈਪਿੰਗ ਟੈਸਟ ਹੋਏਗਾ ਉਹਦੇ ਵਿੱਚ ਤੁਸੀਂ ਬੈਕ ਸਪੇਸ ਯੂਜ਼ ਕਰ ਸਕਦੇ ਹੋ ਜਾਂ ਨਹੀਂ ਯੂਜ਼ ਕਰ ਸਕਦੇ, ਤੁਸੀਂ ਉੱਪਰ ਨੀਚੇ ਕਿੱਥੋਂ ਤੱਕ ਐਡਿਟ ਕਰ ਸਕਦੇ ਹੋ। ਤਾਂ ਤੁਹਾਨੂੰ ਮੈਂ ਇੱਥੇ ਦੱਸ ਦੇਣਾ ਚਾਹੁੰਦਾ ਕਿ ਤੁਸੀਂ ਜਿੰਨਾ ਚਾਹੋ ਬੈਕ ਸਪੇਸ ਯੂਜ਼ ਕਰ ਸਕਦੇ ਹੋ, ਜਿਹੜੇ ਪੈਰਾਗ੍ਰਾਫ 'ਤੇ ਵਾਪਸ ਜਾਣਾ ਚਾਹੋ ਤੁਸੀਂ ਜਾ ਸਕਦੇ ਹੋ।
ਜਿੱਦਾਂ ਤੁਸੀਂ ਪੂਰਾ ਟਾਈਪ ਕਰ ਲਿਆ, ਤੁਸੀਂ ਪਹਿਲਾ ਪੈਰਾਗ੍ਰਾਫ ਚੈੱਕ ਕਰਨਾ, ਤੁਸੀਂ ਉਹਦੇ ਵਿੱਚ ਮੂਵ ਕਰਕੇ ਤੁਸੀਂ ਉੱਥੇ ਚੈੱਕ ਕਰ ਸਕਦੇ ਹੋ ਅਤੇ ਉਹਨੂੰ ਕਰੈਕਟ ਕਰ ਸਕਦੇ ਹੋ। ਠੀਕ ਹੈ, ਇਸ ਚੀਜ਼ ਲਈ ਘਬਰਾਉਣ ਦੀ ਬਿਲਕੁਲ ਲੋੜ ਨਹੀਂ ਕਿ ਤੁਸੀਂ ਬੈਕ ਸਪੇਸ ਨਹੀਂ ਕਰ ਸਕਦੇ ਜਾਂ ਤੁਹਾਡਾ ਕੁਛ ਪਿੱਛੇ ਗਲਤ ਹੋ ਗਿਆ, ਤੁਸੀਂ ਉਹਨੂੰ ਨਹੀਂ ਸੀ ਕਰ ਸਕਦੇ। ਪਹਿਲਾਂ ਤੁਸੀਂ ਆਪਣਾ ਕੰਮ ਕਰਨਾ ਹੈ ਕਿ ਜਿੱਥੇ ਜੇ ਤੁਹਾਨੂੰ ਗਲਤੀ ਪਤਾ ਲੱਗਦੀ ਤੁਸੀਂ ਉੱਥੇ ਕਰੈਕਟ ਕਰ ਲੈਣੀ ਹੈ। ਉਸ ਤੋਂ ਬਾਅਦ ਜਦੋਂ ਪੂਰਾ ਪੈਰਾਗ੍ਰਾਫ ਹੋ ਗਿਆ, ਤੁਹਾਡੇ ਕੋਲ ਟਾਈਮ ਬਚ ਰਿਹਾ, ਤਾਂ ਤੁਸੀਂ ਉਸ ਟਾਈਮ 'ਤੇ ਵੀ ਉਹਨੂੰ ਜਾ ਕੇ ਚੈੱਕ ਕਰ ਸਕਦੇ ਹੋ, ਤੁਹਾਡੇ ਕੋਲ ਟਾਈਮ ਬਚੇਗਾ। ਫੋਰ ਐਗਜ਼ਾਮਪਲ, ਤੁਹਾਡੀ ਜਿਹੜੀ ਸਪੀਡ ਹੈਗੀ ਹੈ ਉਹ 40 ਤੋਂ ਉੱਪਰ ਹੈ, ਤੁਹਾਡੇ ਕੋਲ ਘੱਟੋ ਘੱਟ 2 ਤੋਂ 3 ਮਿੰਟ ਬਚ ਜਾਣਗੇ, ਤਾਂ ਉਸ 2 ਤੋਂ 3 ਮਿੰਟ ਦੇ ਵਿੱਚ ਤੁਸੀਂ ਆਪਣਾ ਚੈੱਕ ਕਰ ਸਕਦੇ ਹੋ ਕਿ ਤੁਸੀਂ ਕੁਛ ਗਲਤ ਤਾਂ ਨਹੀਂ ਟਾਈਪ ਕੀਤਾ। ਜੇ ਤੁਸੀਂ ਗਲਤ ਟਾਈਪ ਕੀਤਾ ਤਾਂ ਉਸਨੂੰ ਤੁਸੀਂ ਕਰੈਕਟ ਕਰ ਸਕਦੇ ਹੋ। ਅਗਲਾ ਕੁਸਚਨ ਹੈ, ਕਿੰਨੀਆਂ ਗਲਤੀਆਂ ਮਾਫ਼ ਹੋਣਗੀਆਂ? ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਾ, 8% ਤੁਸੀਂ ਗਲਤੀਆਂ ਕਰ ਸਕਦੇ ਹੋ। ਨੈਕਸਟ ਕੁਸਚਨ ਹੈ, ਸਪੇਸ ਦੀ ਗਿਣਤੀ ਸਪੇਸ ਵਿੱਚ ਹੋਵੇਗੀ ਜਾਂ ਨਹੀਂ? ਇੱਕ ਥੋੜ੍ਹਾ ਮੈਂ ਗਲਤ ਲਿਖ ਦਿੱਤਾ ਹੈ ਕਿ ਸਪੇਸ ਦੀ ਜਿਹੜੀ ਗਿਣਤੀ ਹੈ ਉਹ ਜਿਹੜਾ ਤੁਹਾਡਾ ਅੱਖਰ ਬਣਦਾ ਉਹਦੇ ਵਿੱਚ ਹੋਏਗੀ ਜਾਂ ਨਹੀਂ, ਇਹ ਕੁਸਚਨ ਬਣਨਾ ਸੀ ਇੱਥੇ। ਤਾਂ ਉਹ ਤੁਹਾਨੂੰ ਜਿੱਦਾਂ ਪਹਿਲਾਂ ਹੀ ਦੱਸ ਚੁੱਕਾ ਕਿ ਇੱਕ ਵਰਡ ਜਦੋਂ ਕਾਊਂਟ ਕਰਨਾ ਉਹਦੇ ਲਈ ਤੁਹਾਡੀਆਂ ਪੰਜ ਜਿਹੜੇ ਤੁਸੀਂ ਕੀਬੋਰਡ ਤੋਂ ਕੀ ਨੱਪੇ ਉਹਨਾਂ ਨੂੰ ਗਿਣਿਆ ਜਾਏਗਾ, ਜਿਸ ਦੇ ਵਿੱਚ ਸਪੇਸ ਵੀ ਇਨਕਲੂਡ ਹੋਏਗਾ। ਠੀਕ ਹੈ, ਜਿਵੇਂ ਤੁਹਾਨੂੰ ਇੱਥੇ ਦੱਸਿਆ ਸੀ, ਤੁਸੀਂ ਇਹ ਅੱਖਰ ਲਿਖਿਆ ਪੱਪਾ ਰਾਰਾ ਕੱਕਾ ਸਪੇਸ ਤੱਤਾ, ਤਾਂ ਆਹ ਤੁਹਾਡਾ ਇੱਕ ਸ਼ਬਦ ਹੈ, ਇਹਨੂੰ ਇੱਕ ਸ਼ਬਦ ਮੰਨਿਆ ਜਾਂਦਾ। ਸੇਮ ਹੀ ਇੰਗਲਿਸ਼, ਸੇਮ ਹੀ ਪੰਜਾਬੀ 'ਚ ਹੋਏਗਾ, ਇਹ ਨਹੀਂ ਕਿ ਪੰਜਾਬੀ 'ਚ ਅਲੱਗ ਹੈ ਅਤੇ ਇੰਗਲਿਸ਼ 'ਚ ਅਲੱਗ ਹੈ, ਦੋਨਾਂ 'ਚ ਸੇਮ ਹੋਏਗਾ। ਅਗਲਾ ਕੁਸ਼ਚਨ ਹੈ ਕਿ ਕਿਹੜਾ ਟੈਸਟ ਪਹਿਲਾਂ ਹੋਏਗਾ, ਅੰਗਰੇਜ਼ੀ ਜਾਂ ਪੰਜਾਬੀ? ਇੱਥੇ ਤੁਹਾਨੂੰ ਮੈਂ ਇਹ ਦੱਸ ਦੇਣਾ ਚਾਹੁੰਦਾ ਕਿ ਜਿਹੜਾ ਪਹਿਲਾਂ ਟਾਈਪਿੰਗ ਦੇ ਦੌਰਾਨ ਤੁਹਾਡਾ ਪਹਿਲਾ ਟੈਸਟ ਹੋਏਗਾ ਉਹ ਪੰਜਾਬੀ ਦਾ ਟੈਸਟ ਹੋਏਗਾ, ਉਸ ਤੋਂ ਬਾਅਦ ਅੰਗਰੇਜ਼ੀ ਦਾ ਟੈਸਟ ਹੋਏਗਾ। ਪਹਿਲਾਂ ਸਭ ਤੋਂ ਪਹਿਲਾਂ ਜਿੱਦਾਂ ਤੁਸੀਂ ਜਾਣਾ, ਉਸ ਟਾਈਮ 'ਤੇ ਤੁਹਾਨੂੰ ਇੱਕ ਡੈਮੋ ਮਿਲੇਗਾ। ਠੀਕ ਹੈ ਜੀ, ਡੈਮੋ ਦੇ ਉੱਤੇ ਤੁਸੀਂ ਆਪਣਾ ਚੈੱਕ ਕਰ ਸਕਦੇ ਹੋ ਕਿ ਤੁਹਾਡਾ ਕੀਬੋਰਡ ਵਗੈਰਾ ਚੱਲ ਰਿਹਾ ਜਾਂ ਨਹੀਂ ਚੱਲ ਰਿਹਾ। ਡੈਮੋ ਖਤਮ ਹੋਣ ਤੋਂ ਬਾਅਦ ਜਿਹੜਾ ਪਹਿਲਾ ਟੈਸਟ ਹੈ ਉਹ ਪੰਜਾਬੀ ਹੋਏਗਾ। ਪੰਜਾਬੀ ਟੈਸਟ ਤੋਂ ਬਾਅਦ ਤੁਹਾਨੂੰ 10 ਤੋਂ 15 ਮਿੰਟ ਦੇ ਵਿੱਚ ਬ੍ਰੇਕ ਮਿਲੇਗੀ, ਉਸ ਤੋਂ ਬਾਅਦ ਤੁਹਾਡਾ ਇੰਗਲਿਸ਼ ਦਾ ਟਾਈਪਿੰਗ ਟੈਸਟ ਹੋਏਗਾ। ਤਾਂ ਜਿਹੜੇ ਕੈਂਡੀਡੇਟ ਦੋਨੋਂ ਟੈਸਟ ਕਲੀਅਰ ਕਰ ਲੈਣਗੇ, ਸਿਰਫ ਉਹੀ ਕੈਂਡੀਡੇਟ ਐਲੀਜੀਬਲ ਹੋਣਗੇ ਅੱਗੇ ਫਰਦਰ ਪ੍ਰੋਸੈਸ ਦੇ ਲਈ। ਜਿਹੜੇ ਕੈਂਡੀਡੇਟ ਦੋਨਾਂ 'ਚੋਂ ਇੱਕ ਟੈਸਟ 'ਚ ਵੀ ਫੇਲ ਹੋ ਜਾਂਦੇ ਨੇ, ਉਹ ਉੱਥੇ ਹੀ ਇਲੀਮੀਨੇਟ ਹੋ ਜਾਣ। ਅਤੇ ਇੱਕ ਚੀਜ਼ ਹੋਰ ਮੈਂ ਇੱਥੇ ਤੁਹਾਨੂੰ ਦੱਸ ਦੇਣਾ ਚਾਹੁੰਦਾ, ਇਹ ਟਾਈਪਿੰਗ ਵੈਬਸਾਈਟ ਮੇਰੀ ਹੈ, ਤਾਂ ਤੁਸੀਂ ਇਸ ਦੇ ਉੱਤੇ ਜਿੰਨੀ ਪ੍ਰੈਕਟਿਸ ਵੱਧ ਤੋਂ ਵੱਧ ਕਰ ਲਓਗੇ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਬੈਨੀਫਿਸ਼ੀਅਰੀ ਰਹੇ। ਜਿਹੜੇ ਤੁਹਾਨੂੰ ਮੈਂ ਦੱਸ ਦੇਣਾ ਚਾਹੁੰਦਾ, ਜਿਹੜੇ ਇੰਪੋਰਟੈਂਟ ਪੰਜਾਬੀ ਦੇ ਪੈਰਾਗ੍ਰਾਫ ਹੈਗੇ ਨੇ ਉਹ ਹੈਗੇ ਨੇ ਇਹਦੇ ਵਿੱਚ 100 ਤੋਂ ਲੈ ਕੇ 101 ਤੋਂ ਲੈ ਕੇ 130 ਤੱਕ, ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਪੈਰਾਗ੍ਰਾਫ ਨੇ। ਜੇਕਰ ਤੁਸੀਂ ਇਹ ਪੈਰਾਗ੍ਰਾਫ ਕਰ ਲਏ ਤਾਂ ਤੁਹਾਡਾ 100%, ਇੱਕ ਨਹੀਂ 100% ਜਿਹੜਾ ਟਾਈਪਿੰਗ ਟੈਸਟ ਹੈ ਉਹ ਕਲੀਅਰ ਹੋਏਗਾ ਹੀ ਹੋਏਗਾ। ਇਹ ਨਹੀਂ ਹੋ ਸਕਦਾ ਕਿ ਤੁਸੀਂ ਇਹ ਟਾਈਪਿੰਗ ਜਿਹੜੇ ਪੈਰਾਗ੍ਰਾਫ ਨੇ ਤੁਸੀਂ ਇਹ ਕਰ ਗਏ ਤਾਂ ਉੱਥੇ ਜਾ ਕੇ ਫੇਲ ਹੋ ਗਏ। ਕੁਛ ਹੋਰ ਵੈਬਸਾਈਟ ਹੈਗੀਆਂ, ਉਹਨਾਂ ਨੇ ਬਹੁਤ ਜ਼ਿਆਦਾ ਡਿਫੀਕਲਟ ਪੈਰਾਗ੍ਰਾਫ ਪਾਏ ਨੇ ਜਿਹੜਾ ਤੁਹਾਨੂੰ ਡੀਮੋਟੀਵੇਟ ਕਰ ਦਿੰਦੇ ਨੇ, ਤੁਹਾਨੂੰ ਉੱਥੇ ਜਾ ਕੇ ਪ੍ਰੈਕਟਿਸ ਕਰਨ ਦੀ ਕੋਈ ਲੋੜ ਨਹੀਂ। ਸਿਰਫ ਇਹ ਵਾਲੇ ਜਿਹੜੇ ਪੈਰਾਗ੍ਰਾਫ ਨੇ, ਜੇ ਤੁਹਾਡੇ ਇਹ ਕਲੀਅਰ ਹੋ ਗਏ ਤਾਂ ਤੁਹਾਡਾ ਟਾਈਪਿੰਗ ਟੈਸਟ 101% ਕਲੀਅਰ ਹੋਏਗਾ ਹੀ ਹੋਏਗਾ। ਸਿੰਬਲ ਵੀ ਜਿਹੜੇ ਸਿਰਫ ਤੁਸੀਂ ਇਹੀ ਯੂਜ਼ ਕਰਨੇ ਜਿਹੜੇ ਤੁਹਾਨੂੰ ਮੈਂ ਇੱਥੇ ਸ਼ੋ ਕੀਤੇ ਸੀ, ਇਹ ਵਾਲੇ ਸਿੰਬਲ ਤੁਹਾਡੇ ਲਈ ਜ਼ਰੂਰੀ ਨੇ, ਇਸ ਤੋਂ ਇਲਾਵਾ ਤੁਹਾਨੂੰ ਕਰਨ ਦੀ ਲੋੜ ਨਹੀਂ ਹੈਗੀ। ਇਹਦੇ ਵਿੱਚ ਵੀ ਸਾਰੇ ਜ਼ਿਆਦਾ ਇੰਪੋਰਟੈਂਟ ਨਹੀਂ ਹੈਗੇ, ਇਹਦੇ ਵਿੱਚ ਜਿਹੜਾ ਜ਼ਿਆਦਾ ਯੂਜ਼ ਹੁੰਦਾ ਹੈ ਇਹ ਵਾਲਾ ਯੂਜ਼ ਹੁੰਦਾ ਹੈ, ਸਭ ਤੋਂ ਫਸਟ ਬਾਅਦ ਇਹ ਵਾਲਾ ਯੂਜ਼ ਹੁੰਦਾ ਹੈ ਪੰਜਾਬੀ ਦੇ ਵਿੱਚ। ਇੰਗਲਿਸ਼ ਦੇ ਵਿੱਚ ਤਾਂ ਤੁਸੀਂ ਸਿੰਬਲ ਯਾਦ ਰੱਖਣ ਦੀ ਲੋੜ ਹੀ ਨਹੀਂ, ਤੁਹਾਨੂੰ ਇਹਨਾਂ ਵਿੱਚੋਂ ਕੋਈ ਸਿੰਬਲ ਨਹੀਂ ਯੂਜ਼ ਹੁੰਦਾ, ਇਹ ਵਾਲਾ ਹੁੰਦਾ ਇਹ ਤੁਸੀਂ ਡਾਇਰੈਕਟ ਪਾ ਸਕਦੇ ਹੋ, ਇਹਦੇ ਸਿੰਬਲ ਕੋਡ ਤੁਹਾਨੂੰ ਯਾਦ ਰੱਖਣ ਦੀ ਲੋੜ ਨਹੀਂ ਹੈਗੀ। ਇਹ ਦੋਨੋਂ ਯੂਜ਼ ਹੁੰਦੇ, ਇਹ ਵੀ ਤੁਸੀਂ ਡਾਇਰੈਕਟ ਪਾ ਸਕਦੇ ਹੋ, ਇਹਦਾ ਸਿੰਬਲ ਕੋਡ ਤੁਹਾਨੂੰ ਯਾਦ ਰੱਖਣਾ ਪਏਗਾ। ਇਹ ਵੀ ਡਾਇਰੈਕਟ ਤੁਸੀਂ ਪਾ ਸਕਦੇ ਹੋ, ਇਹਦਾ ਸਿੰਬਲ ਕੋਡ ਯਾਦ ਰੱਖਣਾ ਪਏਗਾ ਤੁਹਾਨੂੰ। ਕਰਲੀ ਬ੍ਰੇਸਿਸ ਇਹ ਕੋਈ ਨਹੀਂ ਯੂਜ਼ ਹੁੰਦੀਆਂ, ਇਹ ਵਾਲਾ ਸਾਈਨ ਤੁਹਾਡਾ ਯੂਜ਼ ਹੁੰਦਾ, ਇਹ ਦੋਨੋਂ ਸਾਈਨ ਯੂਜ਼ ਹੁੰਦੇ ਨੇ, ਇਹਨਾਂ ਦੇ ਸਿੰਬਲ ਕੋਡ ਤੁਸੀਂ ਯਾਦ ਰੱਖਣੇ ਨੇ। ਇਹ ਵੀ ਯੂਜ਼ ਹੋਏਗਾ, ਇਹ ਵੀ ਯੂਜ਼ ਹੁੰਦਾ, ਇਹ ਵੀ ਯੂਜ਼ ਹੁੰਦਾ। ਇੱਕ ਚੀਜ਼ ਇੱਥੇ ਮੈਂ ਤੁਹਾਨੂੰ ਹੋਰ ਦੱਸ ਦੇਣਾ ਚਾਹੁੰਦਾ, ਸਿੰਬਲ ਕੋਡ ਦੇ ਵਿੱਚ ਜਿਹੜਾ ਡਬਲ ਕੋਡਸ ਨੇ ਉਹਦੇ ਲਈ ਦੋਨੇ ਸਾਈਡਾਂ 'ਤੇ ਹੀ ਯੂਜ਼ ਕਰਨਾ ਹੈ 34। ਕਈਆਂ ਨੇ 196 ਜਾਂ 174 ਹੈਗਾ, ਉਹ ਤੁਹਾਡਾ ਗਲਤ ਹੋਏਗਾ, ਤੁਸੀਂ ਇਹ ਵਾਲਾ ਸਿੰਬਲ ਯੂਜ਼ ਕਰਨਾ ਹੈ ਕਿ 39। ਇਹ ਸਿੰਗਲ ਕੋਟ ਕੁਸ਼ਚਨ ਮਾਰਕ ਬਹੁਤ ਇੰਪੋਰਟੈਂਟ ਹੈ, ਇਹ ਯਾਦ ਰੱਖਣੇ ਰੱਖਣਾ ਤੁਸੀਂ। ਇਹ ਸੀ ਤੁਹਾਡੇ ਜਿਹੜੇ ਕੁਸ਼ਚਨ ਜਿਹੜੇ ਤੁਸੀਂ ਟਾਈਪਿੰਗ ਦੇ ਰਿਗਾਰਡਿੰਗ ਪੁੱਛੇ ਸੀ। ਤਾਂ ਇਸ ਤੋਂ ਇਲਾਵਾ ਵੀ ਜੇਕਰ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਟਾਈਪਿੰਗ ਬਾਰੇ ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ, ਬਟ ਪਲੀਜ਼ ਮੈਨੂੰ ਫੋਨ ਕਾਲ ਨਾ ਕਰਨਾ ਕਿਉਂਕਿ ਮੈਂ ਵੀ ਜੋਬ ਦੇ ਵਿੱਚ ਬਿਜ਼ੀ ਹੁੰਦਾ। ਇਹ ਮੇਰਾ ਨੰਬਰ ਹੈ, ਦੋਨੋਂ ਮੈਂ ਨੰਬਰ ਦੇ ਰਿਹਾ, ਦੋਨਾਂ 'ਚੋਂ ਕਿਸੇ ਨੰਬਰ ਦੇ ਉੱਤੇ ਤੁਸੀਂ ਵਟਸਐਪ ਕਰਕੇ ਆਪਣਾ ਕੁਸ਼ਚਨ ਪੁੱਛ ਸਕਦੇ ਹੋ। ਪਲੀਜ਼ ਕਾਲ ਨਾ ਕਰਨਾ, ਸਿਰਫ ਵਟਸਐਪ ਹੀ ਕਰਨਾ। ਵਟਸਐਪ ਕਰਕੇ ਤੁਸੀਂ ਮੇਰੇ ਤੋਂ ਪੁੱਛ ਸਕਦੇ ਹੋ ਕਿ ਮੈਂ ਕਿੰਨੇ ਵਜੇ ਤੁਹਾਨੂੰ ਕਾਲ ਕਰਾਂ, ਤਾਂ ਤੁਸੀਂ ਉਸ ਦੇ ਅਕੋਰਡਿੰਗ ਜਿਸ ਟਾਈਮ 'ਤੇ ਮੈਂ ਤੁਹਾਨੂੰ ਦੱਸਾਂਗਾ ਉਸ ਟਾਈਮ ਦੇ ਅਕੋਰਡਿੰਗ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ। ਬਟ ਪਲੀਜ਼ ਵਰਕਿੰਗ ਟਾਈਮ ਦੇ ਵਿੱਚ ਕਾਲ ਨਾ ਕਰਨਾ, ਮੈਸੇਜ ਕਰਕੇ ਜਿੰਨੇ ਮਰਜ਼ੀ ਕੁਸ਼ਚਨ ਪੁੱਛੋ, ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ
ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਹੈ ਤਾਂ ਸਾਡਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ, ਜਿਸ ਦੇ ਨਾਲ ਸਾਨੂੰ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਬਣਾਉਣ ਦੇ ਵਿੱਚ ਮਦਦ ਮਿਲੇਗੀ। ਸਾਡੀ ਜਿਹੜੀ ਵੈਬਸਾਈਟ ਹੈਗੀ ਹੈ ਉਸ ਨੂੰ ਵੀ ਅੱਗੇ ਆਪਣੇ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰਨਾ ਕਿ ਉਹਨਾਂ ਦਾ ਬੈਨੀਫਿਟ ਹੋਵੇ। ਵੀਡੀਓ ਦੇਖਣ ਦੇ ਲਈ ਫਿਰ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ।